ਬਸਤੀ ਸਰਗਾਣੀ ਕਰੋੜ ਖਿਤਾਬ ਫਰਮੇ ਦੇ ਪੈਣ ਔਰ ਉਹਨਾਂ ਤੋਂ ਬਾਅਦ ਵੀ ਮੁਲਕ ਦੇ ਨਾਮਾਂ ਰਸਤੇ ਸਾਡੇ ਮਹਿਮਾਨ ਜ਼ਾਕਰ ਮਲਿਕ ਰਿਆਸ ਰਜ਼ਾ ਆਫ ਜੰਗੋ ਮਿੰਬਰ ਦੇ ਮੌਜੂਦ ਹਨ ਖਿਤਾਬ ਫਰਮੇ ਸਨ। ਇੱਕ ਮਜਲਿਸ ਦਾ ਐਲਾਨ ਹੈ ਕੱਲ੍ਹ ਦਾ 21 ਫਰਵਰੀ ਬਰੋਜ਼ ਜੁਮਤ ਉਲ ਮੁਬਾਰਕ ਇਮਾਮ ਬਾਰਗਾਹ ਬਖਰੇ ਸ਼ਾਹ ਵਾਲਾ ਜਿਹਦੇ ਬਾਨੀ ਮਜਲਿਸ ਹਨ ਮਨਜ਼ੂਰ ਹੁਸੈਨ ਨੂਨ ਮੁਲਕ ਦੇ ਨਾਮ ਮਰਜ਼ਾ ਕਰ ਖਿਤਾਬ ਫਰਮੇ ਸਨ। ਬਈ ਮਜਲਿਸ ਦਾ ਐਲਾਨ ਹੈ 13 ਮਾਰਚ ਬਰੋਜ਼ ਜੁਮਤ ਉਲ ਮੁਬਾਰਕ ਚਾਹ ਮਹਾਰੇ ਵਾਲਾ ਖਰਲ ਦੇਵੀ ਜਗ੍ਹਾ ਦੇ ਉੱਤੇ ਬਾਨੀ ਮਜਲਿਸ ਵਾਰ ਮੁਹੰਮਦ ਹੁਸੈਨ ਖਰਲ ਜਿਹਦੇ ਵਿੱਚ ਜ਼ਾਕਰ ਸੈਦ ਅਜਮਲ ਹੁਸੈਨ ਸ਼ਾਹ ਸ਼ਿਰਾਜ਼ੀ ਸਰਗੋਧਾ ਸੈਦ ਰਿਆਜ਼ ਹੁਸੈਨ ਸ਼ਾਹ ਆਫ ਮੀਆਂ ਵਾਲੀ ਜ਼ਾਕਰ ਅਖਤਰ ਅੱਬਾਸ ਆਫ ਫਾਜ਼ਲਪੁਰ ਗੁਲਾਮ ਸ਼ਬੀਰ ਮੋਹਟਾ ਮੁਲਤਾਨ ਜ਼ਾਕਰ ਤਸੱਦਕ ਹੁਸੈਨ ਬਜਾਣਾ ਫੈਸਲਾਬਾਦ ਜ਼ਾਕਰ ਮੁਜਾਹਿਦ ਅੱਬਾਸ ਭੁੱਟਾ। ਵਕਤ ਨਾਲ ਤਸ਼ਰੀਫ ਕਹਿਣਾ ਹੋਏ ਬੜੀ ਤਵੱਜੋ ਦੇ ਨਾਲ ਸੁਣੋ ਹੁਣ ਜਨਾਬ ਦੇ ਸਾਹਮਣੇ ਸੈਦ ਇੰਤਜ਼ਾਰ ਹੁਸੈਨ ਸ਼ਾਹ ਆਫ ਕਰੋੜ ਖਿਤਾਬ ਫਰਮੇ ਦੇ ਪੈਣ ਸਲਵਾਤ ਬਾਵਾਜ਼ੇ ਬੁਲੰਦ ਸਦੀ ਕਬੂਲੀਅਤ ਵਾਸਤੇ ਬੁਲੰਦ ਸਲਵਾਤ ਪੜ੍ਹੋ। ਅੱਲਾਹੁਮਾ ਸੱਲਿ ਅਲਾ ਮੁਹੰਮਦ ਪਾਕ ਇਮਾਮ ਜ਼ਮਾਨਾ ਦੀ ਆਮਦ ਔਰ ਸਲਾਮਤੀ ਵਾਸਤੇ ਅੱਖਾਂ ਬੰਦ ਕਰਕੇ ਬੁਲੰਦ ਸਲਵਾਤ। ਅੱਲਾਹੁਮਾ ਸੱਲਿ ਅਲਾ ਮੁਹੰਮਦ ਨਾਰੇ ਤਕਬੀਰ ਬਾਵਾ ਦੇ ਬੁਲੰਦ ਨਾਰੇ ਤਕਬੀਰ ਨਾਰੇ ਰਿਸਾਲਾ ਨਾਰੇ ਰਿਸਾਲਾ ਨਾਰੇ ਹੈਦਰੀ ਬਾਵਾ ਦੇ ਬੁਲੰਦ ਦੂਏ ਹੱਥ ਬੁਲੰਦ ਕਰਕੇ ਨਾਰੇ ਹੈਦਰੀ ਹੁਸੈਨੀਆਤ ਯਜ਼ੀਦੀਆਤ ਆਲੇ ਮੁਹੰਮਦ ਦੁਸ਼ਮਨ ਤਲਾਣਾ ਪਾਕ ਇਮਾਮ ਜ਼ਮਾਨਾ ਸਰਕਾਰ ਦੇ ਦੁਸ਼ਮਨਾਂ ਤਲਾਣਾ ਪਾਕ ਮਖਦੂਮਾ ਸੈਣ ਮੁਅੱਜ਼ਮਾ ਸੈਣ ਦੇ ਦੁਸ਼ਮਨਾਂ ਕਾਤਲਾਂ ਤਲਾਣਾ ਬਾਰੇ ਦੀਗਰ ਬੁਲੰਦ ਸਲਵਾਤ ਪੜ੍ਹੋ। ਅੱਲਾਹੁਮਾ ਮੌਲਾ ਤੁਹਾਡੇ ਮੁਕੱਦਸ ਮੁਕਾਮ ਤੇ ਟੁਰਾ ਕਬੂਲ ਫਰਮਾਓ। ਪਾਕ ਹੁਸੈਨ ਦੀ ਅੰਮਾ ਬਾਦਸ਼ਾਹ ਹੁਸੈਨ ਦੇ ਜਿਤਨੇ ਅਜ਼ਾਦਾਰ ਹੈ ਬੈਠਣ ਮੈਂ ਸੱਯਦ ਹਰ ਅਜ਼ਾਦਾਰੀ 'ਚ ਵਾਜਿਬ ਸਮਝ ਕੇ ਲੂ ਦੁਆਈ ਮੰਗਣਾ। ਹਰ ਹੁਸੈਨ ਮਜ਼ਲੂਮ ਦੇ ਅਜ਼ਾਦਾਰ ਅਤੇ ਵਾਜਿਬ ਅਮੀਨ ਆਖਣਾ। ਮਾਲਿਕਾ ਤੇ ਕੋਈ ਜ਼ਿਕਰ ਦਾ ਵਾਸਤਾ ਹੈ ਮਜ਼ਲੂਮ ਕਰਬਲਾ ਜਾਂ 13 ਜ਼ਰਬਾਂ ਦਾ ਵਾਸਤਾ ਹੈ। ਹੁਣ 12:30 ਹਾਦੀ ਦਾ ਜਲਦੀ ਜ਼ਹੂਰ ਫਰਮਾ ਮੌਲਾ ਦੀ ਜ਼ਿਆਰਤ ਤੋਂ ਮੁਸ਼ਰਫ ਫਰਮਾ ਸਾ ਕੋਈ ਕਾਬਿਲ ਬਣਾ ਜੋ ਅਸਾਂ ਬਾਦਸ਼ਾਹ ਸਰਕਾਰ ਇਮਾਮ ਜ਼ਮਾਨਾ ਦੀ ਨਾਲਾਇਨ 'ਤੇ ਹੱਥ ਰੱਖ ਸਕੂੰ ਸਰਕਾਰ ਦੀ ਜ਼ਿਆਰਤ ਕਰ ਸਕੂੰ। ਸਾ ਕੋ ਨਮਾਜ਼ੀ ਹੁਸੈਨ ਮਜ਼ਲੂਮ ਦਾ ਸੱਚਾ ਅਜ਼ਾਦਾਰ ਬਣਾਓ। ਦੂਜੀ ਦੁਆ ਮਜ਼ਲੂਮ ਕਰਬਲਾ ਦੇ ਅਜ਼ਾਦਾਰਾਂ ਵਾਸਤੇ ਜਿਹੜੇ ਸਾਰਾ ਦੀ ਖਾਕ 'ਤੇ ਬਹਿ ਕੇ ਰੋਂਦੇ ਨੇ ਹੱਕਦਾਰ ਹੀ ਨੇ ਅਜ਼ਾਦਾਰ। ਮੈਂ ਸੱਯਦ ਤਹਾਰ ਅਜ਼ਾਦਾਰੀ ਵਾਸਤੇ ਮਜ਼ਲੂਮ ਕਰਬਲਾ ਦੇ ਅਜ਼ਾਦਾਰਾਂ ਵਾਸਤੇ ਇੱਕਾ ਦੁਆ ਮੰਗਦਾ ਹੁੰਦਾ। ਮਾਲਿਕਾ ਜਿਹੜੇ ਖਾਕ ਤੇ ਬਹਿ ਕੇ ਰੋਂਦੇ ਨੇ ਹੱਕਦਾਰ ਹੀ ਨੇ ਅਜ਼ਾਦਾਰ ਇਹਨਾਂ ਕੋ ਇੱਕ ਦਫ਼ਾ ਉਹ ਜਾ ਜ਼ਰੂਰ ਲਿਖਾ ਜਿੱਥ ਲੱਥ ਹੈ ਉੱਥੇ ਕੁੱਠਾ ਨਹੀਂ ਜਿੱਥ ਕੁੱਠ ਹੈ ਉੱਥੇ ਦਫ਼ਾ ਨਹੀਂ ਅਕਬਰ ਦਾ ਬਾਬਾ। ਮਾਲਿਕ ਸਾਰੀਆਂ ਕੋ ਸਰਕਾਰ ਇਮਾਮ ਹੁਸੈਨ ਬਾਦਸ਼ਾਹ ਦੀ ਜ਼ਿਆਰਤ ਤੋਂ ਮੁਸ਼ਰਫ ਮੇਰੇ ਬਈ ਦਾ ਪੁਰਖਲੂਸ ਹੈ ਤਮਾਮ 12ਵਾਂ ਹਾਦੀ ਆਪਣੇ ਦਰਬਾਰ 'ਚ ਕਬੂਲ ਫਰਮਾ। ਇਹਦਾ ਨੇਮਲ ਬਦਲ ਜਿਤਨੇ ਮਜ਼ਲੂਮ ਕਰਬਲਾ ਦੇ ਅਜ਼ਾਦਾਰ ਮੌਲਾ ਕੋ ਰੋ ਕੇ ਟੁਰ ਗਏ ਜਾਂ ਮੌਲਾ ਦਾ ਜ਼ਿਕਰ ਪੜ੍ਹ ਕੇ ਟੁਰ ਗਏ ਜਾਂ ਮੌਲਾ ਦਾ ਜ਼ਿਕਰ ਲਿਖ ਕੇ ਟੁਰ ਗਏ ਮਾਲਿਕ ਤਮਾਮ ਦੇ ਦਰਜਾਤ ਬੁਲੰਦ ਫਰਮਾ। ਮੇਰੇ ਬਾਅਦ ਇਮਾਮ ਹੁਸੈਨ ਦੇ ਅਜ਼ੀਮ ਮਦਾ ਖਾਨ ਤਸ਼ਰੀਫ ਫਰਮਾਏ। ਅਜ਼ਾਦਾਰੀ ਦਾ ਇੱਕ ਮਕਸਦ ਹੁੰਦਾ ਹੈ ਹੀ ਖੰਝ ਪੜ੍ਹਨ ਵਾਲੇ ਬੰਦੇ ਦੀ ਹੀ ਖੰਝ ਸੁਣਨ ਵਾਲੇ ਬੰਦੇ ਦੀ ਆਵਣੇ। ਅਸਾਂ ਦੁਆ ਮੰਗਾ ਛੋੜੀਏ ਇਤਨਾ ਹੀ ਪੜ੍ਹਨਾ ਅਗਰ ਜਨਾਬ ਦੀ ਇਜਾਜ਼ਤ ਹੋਵੇ ਤਾਂ ਮੈਂ ਆਪਣੀ ਨੌਕਰੀ ਪਾਪ ਸ਼ੁਰੂ ਕਰ ਰਿਹਾ। ਬਿਸਮਿਲ੍ਲਾ ਰਹਿਮਾਨ ਰਹੀਮ ਅੱਲਾਹੁਮਾ ਕੁੱਲ ਵਲੀਏ ਕਲ ਹੁਜਤ ਇਬਨੇ ਸਲਵਾਤੁਕਾ ਅਲੈਹਿ ਵਾਲਾ ਅਬਾਹਿ ਫੀ ਅਜਸਾ ਤੇ ਵਫੀ ਕੁੱਲ
ہمیشہ من سات اللیل والنہار ولیاں وحافظاں وقائداں وناصراں ودلیاں وینن حتا تسکنہو ارزقتا و تمتعہ فیہا طویلا. بسم اللہ الرحمن الرحیم. یا کاشف الکرب اکشف کربے و کرب المومنین بے حق اخی کالوس یا بابلا حوائج و یا صاحب ادرکنی فی سبیل اللہ اللہم صلی علی محمد و آل محمد و اجل فرج آل محمد لتا زین تمان اللہ راسیان اللہ میں قربان تھی شالا کہیں دے مہان نہ مکے لتا زین تمان اللہ راسیاں دا ہن وچ خیام دے پے گئی روئے دی کیڑی گالے گھنٹے کڈوہا بھر جایاں دی بی بی خاک تے بہندی مان جو مک گئے نو کرم بابا ایا مجلے سے تدا اتنی رو پونا ہک لٹی ہوئی سین دی حسرت راضیاں ذکر دی قسم نو کرم چاچا نو کرم بابا لتا زین تمان اللہ راسیاں دا گل وچ خیام دے پے گئی تے گھنٹے ایک ڈوہا بھر جایاں دی بی بی خاک تے بہدی صدقے تھی نو کرن چاچا نو کرن بابا مولا جان دے ریاض برا میرا اپنا دل لے ایک دوا ستر وات پڑھ دے آئیں میں نو کرن لتھا زین تمان اللہ راسیاں دا گل وچ خیام دے پے گئی تے گھنٹے ایک ڈوہا بھر جایاں دی بی بی خاک تے بہندی صدقے تھی ماں جی چاچا میں نو کراں مجلسی جتنی روحانیاں تے ہر حسین دا آزادار ہوندا بیٹھا لکھا چپ کر کے بے وار سو گل وچ خیام دے پے گئی تے گھنٹے ایک ڈوہا بھر جایاں دی بی بی خاک تے بہندی بہ گئی جدہ میری سائن کو پک لگ گئے جو میں لٹی گئی ہاں میں دا برکا زین تو لہ گئے میں دا بازین تو لہ گئے بھر جائیاں دیتے گن کے چاچا میری سین زمین تے بیچھی انہوں فضل دی امڑی توریے خیام دے دروازے تے آئیے اباز دی لاش دے پاس دے کے فضل دی امڑی وین کیتا ہے مو کر
فرات دو فضلی امری یہ حقلانے دی رہ گئی بی بی آدھی رہی ہے اٹھی جاگ محافظ سادے پردیاں دا تیری سین دی چادر چادر لائے صدقے نوکرم بابا دیاں دے پردے ہونے میں نوکرم چاچا تیمو کر فرات دو فضل دیوں یہ حقلانے دی رہ گئی بی بی آدھی رہی ہے اٹھی جاگ محافظ سادے پردیاں نا تیری سین دی چادر او میں صدقے ایمان تواڈی محبت کو دیکھ کے اتھے نوا شروع کرے نام لیکن مولا عباس دی غربت کھڑا پڑدا میں سید دی لے تے کوئی ایک وین بھی اے سناواں شاباش شاباش اے وین خیام دے دروازے تے حاج صاحب کیتے مولا فضل دی پاک اما بیا وین اوندا سنوے نا جڑی تیرے ملک وچ پوتر گلیندی آس لاہور دی ملکہ خیام دے دروازے تے آئیے سیداں تیری منت پیا کرے نہ بہو اوکھے ستر پیا پڑدا نال ہاتھ بدی کھنا تو ہے ضرور کر چھوڑے خیام دے در تے کھڑ کے لاہور دی ملکہ دی کھڑی عباس میرا اجا دی نہیں ڈھلا سارے خیمیاں دو آیا ڈھلی سر تو پاک ردائے اوے لے آن دی امری کو آیو یاد اپا صدقے تھیواں دیاں قربان کرا بابا خضر شاہ بڑی منظور مجلس نہیں میں اجنی نوا شروع نہیں کریں دا میری حسرت مولا عباس تے دکھ تے ہر حسین بادشاہ دے آزادار دی ہے نکلے اے ذکر تے ہاتھ رکھی کرنا ریاض برا بھی اللہ ایک شاعر ہے کمر نون وانگو جھکی ہوئی ہے بہوں ضعیف ہے میں ہک جاتے یہ بند پڑے مجلس تو بہر آیا میں کو آکھ سید آدھا تیری ڈاڈی دادنا جیا مدا خانہ چھوٹا جیا شاعرہ میں ادب لکھ دا حسین مظلوم دے آزادارا کو میری طرف ہوں ہک بند سنوا ویچا میں سید دل لے تے کو بند سنوے نا انہا میں کو لکھایا جڈا نال سجاد دے سین میری دی کوفے تیاری تھئیے وط ہویا کیا اے کربل دی حد دے ہے وہ مقدیاں تئیں عباس تو دہ دی کربل دی حد دے ہے وہ مقدیاں تئیں او کربل دی حد دے ہے وہ مقدیاں تئیں اوے عباس تو دہ دی گئی ہے چاچا جلے دیاں لے بیٹھے ہو ہاتھ بدی کرنا تو سائے ضرور کرائے عباس دی لاج دے پاس دیکھ کے میری سینا دی گئی ہے ان رچے ہوئے ہاتھ اساں اجڑیاں دے ہکا گال روئے دی پئی ہے بی بی آدھی ہے جائے ممبر دے بابا ہے وہ بادا میری پیشی اٹھا جائے ممبر دے ہائے کر چھوڑ صدقے آدھی آن دے پردے ہونے نو کرم بابا جائے ممبر دے بابا باندا میری پیشی اٹھا تو میں صدقے کیوں دیاں قربان کراں اتھے نوے دا مصرا تڑی اکھ جانے جڑی 1600 میل دا پنت کر کے بھرا دی مکان چلن رہی ہے نا پردے دے اندر میں سید دا یقین ہے ایمان ہے جڑے مظلوم دا ذکر تے آندے نو صرف رونا جڈ نال سجا دے سین مری دی کوفے تیاری تھئیے کربل دی حد دے مکدیاں تئیں عباس دو دہ دی
ਕਰਬਲ ਦੀ ਯਾਦ ਦੇ, ਕਰਬਲ ਦੀ ਯਾਦ ਦੇ, ਹੈ ਵਾ ਮੁਕਦੀਆਂ ਨਹੀਂ ਅਬਾਸ ਦੋ ਦੇ ਦੀ ਜਵਾਨੀਆਂ ਮਾਣੇ ਮੈਂ ਨੌਕਰ ਹਾਂ ਬਾਬਾ ਕਰਬਲ ਦੀ ਯਾਦ ਦੇ ਮੈਂ ਨੌਕਰ ਰਿਆਜ਼ ਮੇਰਾ ਮੈਂ ਨੌਕਰ ਬਾਬਾ ਨੌਕਰ ਚਾਚਾ ਨੌਕਰ ਬਾਬਾ ਜਨਨ ਨਾਲ ਸਜਾ ਦੇ ਸੈਣ ਮੇਰੀ ਦੀ ਕੂਫੇ ਤਿਆਰੀ ਥਈਏ ਹੁਸੈਨ ਦੀ ਕਸਮ ਰੋਏ ਦੀ ਆ ਗਾਲੇ ਕਰਬਲ ਦੀ ਹਾਦ ਦੇ ਹੈ ਉਹ ਮੁਕਦੀਆਂ ਤਈ ਉਹ ਅਬਾਸ ਤੋਂ ਦੇਹਦੀ ਗਈਏ ਆਦੀ ਗਈਏ ਹਿਨ ਰੁਝੇ ਹੋਏ ਹੱਥ ਅਸਾਂ ਉਜੜੀਆਂ ਦੇ ਇੱਕ ਗਾਲ ਰੋਏ ਦੀ ਪਈਏ ਕੂਫੇ ਦੇ ਵਿੱਚ ਜਾਏ ਮਿੰਬਰ ਤੇ ਬਾਬਾ ਹੈ ਉਹ ਬਾਦਾ ਮੇਰੀ ਪੇਸ਼ੀ ਉੱਠ ਆ ਮੈਂ ਨੌਕਰ ਬਾਬਾ ਮੈਂ ਕੋਈ ਉਬਾਲ ਨਹੀਂ ਏਡੀ ਗਿਰੀ ਵਾਲੀ ਮਜਲਿਸ ਰੂਹਾਨੀਅਤ ਵਾਲੀ ਮਜਲਿਸ ਮੌਲਾ ਜਾਣਦਾ ਕੋਈ ਖੁਸ਼ਾਮਤ ਨਹੀਂ ਕਰਬਲ ਦੀ ਹੱਦ ਦੇ ਮੁਕਦੀਆਂ ਤਈ ਅਬਾਸ ਦੁੱਧ ਦੀ ਗਈ ਮੌਲਾ ਜਾਣਦਾ ਆਪਣੀ ਮਜਲਿਸ ਵਾਸਤੇ ਨਹੀਂ ਭੇਣ ਭੇਰਾ ਬੜੀ ਇੱਜ਼ਤ ਦਿੱਤੀ ਇਹ ਨੌਕਰੀ ਹੈ ਆਪ ਹੀ ਰੋਵੇ ਨਾ ਜ਼ਿਕਰ ਦੀ ਕਸਮ ਹੈ ਚਾਚਾ ਦਨਿਆ ਖਿੱਚ ਹੰਝੂ ਦੇ ਕੇ ਮੈਂ ਸੈਯਦ ਦਾ ਦਿਲ ਬਣ ਗਏ ਤੇ ਇੱਕ ਮਨਜ਼ੂਰੀਆ ਲੱਭਣ ਸੁਣਾ ਜਨਾ ਅਲੀ ਦੀ ਧੀ ਦੇ ਖੇਮੇ ਠਰ ਗਏ ਮੇਰੀ ਸਹਿਣ ਖਿਆਮ ਤੂੰ ਬਹਿ ਰਹੀ ਹੈ ਅਬਾਸ ਦੀ ਲਾਜ ਪਾਸ ਦੇ ਕੇ ਅੱਜ ਖੜੀਏ ਬੁਝੀ ਆਗੂ ਵੇਲੇ ਜਦਾਂ ਠਰ ਗਏ ਖੈਮੇ ਸਾਦਾ ਤੂੰ ਲਾਮ ਦੇ ਸਾਰੇ ਉਹ ਵਿੱਚੋਂ ਬਲਦੀ ਭਾ ਦੇ ਆਨ ਦੀ ਅਮੜੀ ਉਹ ਬਹੁ ਸਾਡ ਅਬਾਸ ਮਾਰੇ ਜ਼ਿਕਰ ਦੀ ਕਸਮ ਅਗਲੀ ਸਤਰ ਤੇ ਮਜਲ ਸਮੁਖ ਗਏ ਨਾ ਅਲੀ ਦੀ ਬਿਰਾ ਦਿਲਾਜ ਦੇ ਪਾਸ ਦੇ ਕੇ ਆਦੀਏ ਤੈ ਕੋ ਪੁੱਤਰਾ ਵਾਗ ਪਲੇ ਦੀ ਰਈਆ ਤੈ ਕੋ ਪੁੱਤਰਾ ਵਾਗ ਉਹ ਪਲੇ ਦੀ ਰਈਆ ਉਹ ਲਾ ਭੇਣ ਦੇ ਵੀ ਉਧਾਰੇ ਬੀਬਿਆ ਦੀਏ ਮੈਂ ਕੋ ਧੀ ਸ਼ਬੀਰ ਦੀ ਨਹੀਂ ਲੱਭਦੀ ਸਦਕੇ 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 ਨੌਕਰਾਂ ਚਾਚਾ ਉਹ ਮੈਂ ਸਦਕੇ ਥੀਵਾਂ ਮੌਲਾ ਜਾਣ ਤੈ ਕੋ ਪੁੱਤਰਾ ਵਾ ਪਲੇ ਦੀ ਰਹੀਆਂ ਲਾ ਭੇਣ ਦੇ ਵੀਰ ਉਧਾਰੇ ਬੀਬਿਆ ਦੀਏ ਮੈਂ ਕੁਧੀ ਸ਼ਬੀਰ ਦੀ ਨਹੀਂ ਲੱਭਦੀ ਪਰੇਸ਼ਾਨ ਨ ਪਰਦਾ ਉਹ ਮੈਂ ਸਦਕੇ ਥੀਵਾਂ ਮੌਲਾ ਜਾਣਦਾ ਨੌਕਰੀ ਤਾਂ ਇਤਨੀ ਕਾਫੀ ਆਈ ਤੂੰ ਸਮੇਂ ਦੇ ਹੱਕ ਦੀ ਦੁਆ ਕੀਤੀ ਮੈਂ ਤੁਹਾਡੇ ਹੱਕ ਦੀ ਦੁਆ ਕੀਤੀ ਸਰਕਾਰ ਦੀ ਆਮਦ ਦੀ ਵੀ ਦੁਆ ਮੰਗੀ ਗਈ ਅੱਲਾ ਭਾਵੇਂ ਮੌਲਾ ਬਾਸ ਦੇ ਕੱਟੇ ਹੋਏ ਬਾਜ਼ੂਆਂ ਦਾ ਸਦਕਾ ਹੁਣ ਸਾਡਾ ਸ਼ਹਿਨਸ਼ਾਹ ਜਲਦੀ ਤਸ਼ਰੀਫ ਇੱਥੇ ਹੀ ਪਲੂ ਯਤਰਾ ਮਿਸਰੇ ਰਾਜੀ ਰਾਸੋ ਸ਼ਾਮੇ ਗਰੀਬਾਂ ਦਾ ਹੁਕਮ ਕੀਤਾ ਨੇ ਸ਼ਾਮੇ ਗਰੀਬਾਂ ਮੇਰੀ ਸਾਇਣ ਉਹ ਮੈਂ ਸਦਕੇ ਥੀਵਾਂ ਜਦਾਂ ਤ੍ਰੈ ਭਰਜਾਈਆਂ ਕੋ ਨਾਲ ਲਾ ਕੇ ਟਿਬੇ ਦੀ ਗੇੜ ਨਾ ਲਾ ਬੈਠੇ ਨਾ ਅਬਾਸ ਦੀ ਲਾਸ਼ ਦੇ ਪਾਸੇ ਮੇਰੀ ਸਾਇਣ ਡਿੱਠਾ ਹੈ ਜਿਹੜਾ ਵਹਿਣ ਕੀਤਾ ਉਹ ਮੇਰਾ ਨੋਹ ਹੈ ਤੇਰੀ ਅੱਖ ਜਾਣੇ ਸ਼ਾਮ ਦੀ ਥੱਕੀ ਹੁਸੈਨ ਜਾਣੇ ਬੀਬੀ ਦੀ ਆਵਾਜ਼ ਆਈਏ ਪੈ ਜਲ ਦੇ ਹਿੰ ਖਿਆਮ ਮੇਰੇ ਆਈ ਖੜੀਏ ਲੁਟਾਣ ਸਿਪਾਏ ਕਿੱਥੇ ਜਰਨੈਲ ਫਿਰਾਏ ਪੈ ਜਲ ਦੇ ਹਿੰ ਖਿਆਮ ਮੇਰੇ ਸਦਕੇ ਥੀਵਾਂ ਧੀਆਂ ਕੁਰਬਾਨ ਕਰਾਂ ਸਦਕੇ ਥੀਵਾਂ ਹਿੰ ਖੜੀਆਂ ਮੇਰੀ ਬਾਜਰ ਦਾ ਬਾਜਰ ਦਾ ਸਾਡੇ ਸਾਰੇ ਤਾਇਆ
लुकाए किथे जरनैल फिराए नौकर मजलूम ने अजादार साल कई लुक लुक न रो सदके हाय हाय चाचा मेरी सैन का वैन मुकाए मौला बाज दी लाश करवट बदलिए खयाम दे पास देख के मौला बाज दी आवाज आइए तुसा भेण भिरा दी चुप खा गई सदके चुप खा गई तो आई खयाम दो भाई मजबूर हमान दिमाग आए सदके देवा मजलूम हुसैन बादशाह दी लाश करवट बदलिए अब्बास दी लाश दे पास देख के मौला हुसैन दी आवाज आइए मौला हुसैन बादशाह दा वैन मुकाए मौला अब्बास बिठा खयाम दे पासे भेड़ दे पास देख के मौला अब्बास दी आवाज आई है इनू तै सदिया लुट पै गई है मजला छुटरे तड़े खैमिया दो मज तुर दी लाश ते मुसलमाना वल दिते न पथार वसा हाय सदके नौकर नौकर चाचा धीयां दे पर्दे सदके मौला जानदा है इतना गिरिया काफी इतनी नौकरी काफी हुसैन मजलूम दे आजादारां जिन्हां फूड़ी भी छाई है ना उन्हें हुक्म कीता है हिक दा हिक मिसरा ऊं मजलूम हुसैन बादशाह दी तसी धीदा जेड़ी रोज पुछदी है सजाद विरा शाम विच हवा नहीं घूमदी जिंदगी दा कोई पता नहीं बेशक मौसम खराब होवे पिया लेकिन मैं मजलूम दी तसी धीद दा दुख पिया पढ़दा जुम्मे दा नहीं शाम दा जिंदान इया हुसैन मजलूम दी तसी धीद दुनिया ते टुर गई गरीब इमाम चाचा इरादा कीता है जो मैं भेण द मैया चावां ते गरीबां ले कब्रिस्तान वन्या अज्जा गरीब इरादा कीता हा मेरी साइन दे तसेला मुतहर्रिक थैन जिहड़ी बिरान अलगाल कीती सी ना तड़े को हथ बद के अपील पिया करे ना मता ई वेले इयो वैण मेरी साइन कीता होवे है जरूर करे चा मेरी साइन दी आवाज ये मैं डला शाह चावे अध रात वेले साजा दुबिराया जनी खड़ा है सजाद भिराया जनी खड़ा ओ कि चाके टोर से भीड़ देवच टोर से भीड़ देवच मैं को बाजरीदा जनी खड़ा है सदके थेवा बाबा खिलर शाह मजलूम दे शायर हो अदब दी सतर पढ़ना चाहना ई नगरी ते ई धरती ते जिक्र दी कसम है जड़ा रोवण आए मैं सैयद दी अख दा मेना गयूर इमाम दी आवाज आई है भेड़ दा साथ रखड़े वेले मैया चावा मेरी सैन दी आवाज आई है सजाद बिरा ओ मेरी लाश कुचा ले ओ वेले जाए वेले बदले
ختم نوکری اتنا پڑھنا آئی باؤں حسین دے تصدیق رو بیٹھ میں سید تری منت جی بابا یو نو میں نو کرم بابا آزادار میرے مولا دا آدھا ایڈی تدری ہوئی آئی حسین مظلوم دی او میں صدقے تھی میری سائن دی آواز یہ سجاد بیرا میری لاش کچاوے نوکری سین راضی ہوئی میں صدقے تھی ہوں جندے دکھاں تے تروں دا بیٹھا او میں صدقے تھی علمان دے درمیان کھا سچے دا کھنا میں پڑھ سکی میں تو سن سکی میں چاچا جدہ کہیں آزادار کو پاک لگ ونجے جو میری موت دا وقت قریب ہے اپنے قریبے رشتے داراں سے رہن دا ہے آدھے میں کو قریبی قبرستان دفن کرائے نالے میری قبر دا نشان ہی بنا اثر رو دے کیوں دے آئے قیدی اتاں تے قیدی میاں تے میری سین وائن کر کے مولا سجاد دے پاس دے کے آدھے سجاد بھرا ادھی رات ویلے میں کو دفن کرے والے آپ نشان مٹا چھوڑے ادھی رات ویلے میں کو دفن کرے والے آپ نشان مٹا چھوڑے اے مومنین حضرات.